ਅਮਰੀਕਾ ਦੇ ਨਿਊਯਾਰਕ ਵਿਖੇ ਇੱਕ ਵਾਰ ਫਿਰ ਗੋਲੀਬਾਰੀ ਦੀ ਘਟਨਾ ਵਾਪਰੀ ਹੈ ਅਤੇ ਇਸ ਵਾਰ ਇਹ ਜੋ ਦੁਖਦਾਈ ਘਟਨਾਕ੍ਰਮ ਸਾਹਮਣੇ ਆਇਆ ਉਹ ਇੱਕ ਪੰਜਾਬੀ ਪਰਿਵਾਰ ਦੇ ਨਾਲ ਸੰਬੰਧਿਤ ਹੈ। ਨਿਊਯਾਰਕ ਦੇ ਕੁਈਨਸ ਸਟਰੀਟ ਇਲਾਕੇ ਵਿਖੇ ਇਹ ਘਟਨਾਕ੍ਰਮ ਵਾਪਰਿਆ ਜਿੱਥੇ ਗੋਲੀ ਚਲਾਉਣ ਵਾਲੇ ਸ਼ਖਸ ਨੇ ਆਪਣੇ ਹੀ ਭਰਾ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਇਸ ਤੋਂ ਇਲਾਵਾ ਆਪਣੀ ਮਾਤਾ ਉੱਪਰ ਵੀ ਗੋਲੀਆਂ ਵਰਾਈਆਂ ਅਤੇ ਇਸ ਤੋਂ ਬਾਅਦ ਆਪਣੇ ਆਪ ਨੂੰ ਵੀ ਗੋਲੀ ਮਾਰ ਲਈ। ਇਸ ਘਟਨਾਕ੍ਰਮ ਸੰਬੰਧੀ ਜਾਣਕਾਰੀ ਇਹ ਮਿਲੀ ਹੈ ਕਿ ਰਿਚਮੰਡ ਹਿੱਲ ਇਲਾਕੇ ਵਿਖੇ ਇੱਕ ਰਿਹਾਇਸ਼ੀ ਥਾਂ ਉੱਤੇ ਦੋਵਾਂ ਭਰਾਵਾਂ ਦਾ ਆਪਸ ਵਿੱਚ ਝਗੜਾ ਹੋਇਆ ਅਤੇ ਘਰੇਲੂ ਕਲੇਸ਼ ਦਾ ਇਹ ਮਾਮਲਾ ਵੱਧਦਾ ਵੱਧਦਾ ਜਾਨ ਲੈਣ ਤੱਕ ਜਾ ਪਹੁੰਚਾ। ਇਸੇ ਘਟਨਾਕ੍ਰਮ ਤੋਂ ਬਾਅਦ ਤੈਸ਼ ਵਿੱਚ ਆਏ 33 ਸਾਲਾ ਕਰਮਜੀਤ ਮੁਲਤਾਨੀ ਨੇ ਗੋਲੀਆਂ ਚਲਾ ਦਿੱਤੀਆਂ ਅਤੇ ਇਸ ਕਰਕੇ ਉਸ ਦੇ 27 ਸਾਲਾ ਛੋਟੇ ਭਰਾ ਵਿਪਨਪਾਲ ਮੁਲਤਾਨੀ ਦੀ ਗੋਲੀਆਂ ਲੱਗਣ ਕਾਰਨ ਥਾਂ ਉੱਤੇ ਹੀ ਜਾਨ ਚਲੀ ਗਈ। ਘਰੇਲੂ ਝਗੜੇ ਤੋਂ ਜਾਨ ਲੈਣ ਤੱਕ ਦੀ ਨੌਬਤ ਵੇਖਣ ਵਾਲੇ ਇਸ ਘਟਨਾਕ੍ਰਮ ਨੂੰ ਲੈ ਕੇ ਸਮੁੱਚੇ ਇਲਾਕੇ ਵਿੱਚ ਕਾਫੀ ਹੈਰਾਨੀ ਅਤੇ ਸੋਗ ਦੀ ਲਹਿਰ ਵੀ ਪਾਈ ਜਾ ਰਹੀ ਹੈ।